ਜਦੋਂ ਥਲੜੇ ਪੱਧਰ ਦੇ ਬਰਗਾੜੀ ਦੇ ਦੋਸ਼ੀ ਭਾਵੇਂ ਜੇਲ੍ਹਾਂ ਚੋਂ ਜਾ ਕੇ ਹਨੀਮੂਨ ਮਨਾ ਕੇ ਬਾਹਰ ਵੀ ਆ ਗਏ ਨੇ ਬਹੁਤੇ ਬੇਦਨੀਆਂ ਦੇ ਕਿ ਪ੍ਰਬੋਧ ਕੁਮਾਰ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਤੋਂ ਉੱਪਰ ਹੈ ਤੁਸੀਂ ਕਹਿ ਰਹੇ ਹੋ ਕਿ ਬੇਦਬੀ ਤੇਰਾ ਪ੍ਰੀਮੀਅਰ ਦੇ ਸੁਖਬੀਰ ਬਾਦਲ ਨੇ ਰਾਜੀ ਕਰਵਾਈ ਹੈ ਤੁਹਾਡੀ ਸਿੱਟ ਦਾ ਮੁਖੀ ਕਹਿ ਰਿਹਾ ਵਿਦੇਸ਼ੀ ਤਾਕਤਾਂ ਦਾ ਉਤਾ ਰਾਜ ਬਹਾਲੀ ਹੈ ਇਹ ਇਤਿਹਾਸ ਲਿਖੇ ਜਾਣੇ ਕਿ ਤੁਹਾਡੇ ਲਈ ਗਾਏ ਗਏ ਬੈਬਰ ਕਲਾ ਦੇ ਅਸਲ ਦੋਸ਼ੀ ਸੁਰੇ ਸੈਣੀ ਉਮਰਾ ਨੰਗਲ ਸੁਖਬੀਰ ਬਾਦਲ ਮਲਤਾਰ ਬਰਾੜੇ ਜੇਲ੍ਹਾਂ 'ਚ ਕਦੋਂ ਹੋਣਗੇ ਬਰਗਾੜੀ ਦੇ ਅਸਲ ਦੋਸ਼ੀ ਰਾਮ ਰਹੀਮ ਸੁਖਬੀਰ ਬਾਦਲ ਜੇਲ੍ਹਾਂ 'ਚ ਇਸ ਕੇਸ 'ਚ ਅੰਦਰ ਕਦੋਂ ਹੋਣਗੇ ਤੁਹਾਡੇ ਉਹ ਜਜ਼ਬਾਤੀ ਭਾਸ਼ਣ ਪੰਜਾਬ ਦੇ ਨੌਜਵਾਨਾਂ ਲਈ ਸਾਡੇ ਵਰਗਿਆਂ ਲਈ ਇੱਕ ਰਾਜ ਭਾਗ ਤੋਂ ਆਉਣ ਵਾਲੀ ਉਮੀਦ ਸੀ ਕਿ ਸਾਡੀ ਆਪਣੀ ਧਰਤੀ 'ਤੇ ਕੋਈ ਆਪਣੇ ਆਪ ਨੂੰ ਕੋਈ ਸਿੱਖ ਮੰਤਰੀ ਮਾਣ ਨਾਲ ਆਪਣੇ ਆਪ ਨੂੰ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਵਾਰਸ ਕਹਿ ਰਿਹਾ ਨਹੀਂ ਇੱਥੇ ਤਾਂ ਬਹੁਤੇ ਆਪਣੇ ਆਪ ਨੂੰ ਖਾਕੀ ਨਿਕਰਾਂ ਵਾਲੇ ਦਾ ਵਾਰਸ ਕਹਾਉਣਾ ਜ਼ਿਆਦਾ ਮਾਣ ਵਾਲੀ ਗੱਲ ਸਮਝਦੇ ਆ ਪਰ ਜਿਸ ਮਾਣ ਨਾਲ ਤੁਸੀਂ ਭਾਈ ਲਛਮਣ ਸਿੰਘ ਧਾਰੋਵਾਲੀ ਜੀ ਦਾ ਨਾਮ ਲਿਆ ਸੀ ਜਿਹਨਾਂ ਗੁਰੂ ਦੀ ਬੇਦਬੀ ਨਾ ਸਹਾਰਦਿਆਂ ਹੋਇਆ ਸ਼ਹੀਦੀਆਂ ਪਾਈਆਂ ਸੀ ਔਰ ਤੁਹਾਡੇ ਉੱਤੇ ਸੰਗਤ ਨੇ ਜ਼ਿੰਮੇਵਾਰੀ ਪਾ ਕੇ ਏਡੀ ਵੱਡੀ ਰਾਜਨੀਤਿਕ ਜਿੱਤ ਬਖਸ਼ੀ ਸੀ ਕਿ ਤੁਸੀਂ ਉਸੇ ਬੇਦਬੀ ਜਿਹੜੀ ਦੁਹਰਾਈ ਗਈ ਹੈ ਤਕਰੀਬਨ 100 ਸਾਲਾਂ ਬਾਅਦ ਤੁਸੀਂ ਉਹਦਾ ਇਨਸਾਫ ਕਰੋ ਖੁਸ਼ਕਿਸਮਤੀ ਨਾਲ ਇਹ ਮੌਕਾ ਫਿਰ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਵਾਰਸਾਂ ਦੇ ਹੱਥ ਆਇਆ ਸੀ ਤੁਸੀਂ ਆਪਣਾ ਰੋਲ ਨਿਭਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਅੱਜ ਜਦੋਂ ਥਲੜੇ ਪੱਧਰ ਦੇ ਬਰਗਾੜੀ ਦੇ ਦੋਸ਼ੀ ਭਾਵੇਂ ਜੇਲ੍ਹਾਂ 'ਚੋਂ ਜਾ ਕੇ ਹਨੀਮੂਨ ਮਨਾ ਕੇ ਬਾਹਰ ਵੀ ਆ ਗਏ ਨੇ ਬਹੁਤੇ ਬੇਦਬੀਆਂ ਦੇ ਤੇ ਉਹਦੇ ਉੱਪਰ ਬੈਠੇ ਮਾਸਟਰ ਮਾਇੰਡ ਜਿਹਨਾਂ ਨੂੰ ਹਲੇ ਜਾਂਚ ਦੇ ਘੇਰੇ 'ਚ ਨਹੀਂ ਲਿਆ ਗਿਆ ਬੈਬਰ ਕਲਾਂ ਦੇ ਦੋਸ਼ੀ ਸਿਰਫ ਗੋਲੀਆਂ ਚਲਾਉਣ ਵਾਲੇ ਤੁਸੀਂ ਫੜ ਲਏ ਗੋਲੀਆਂ ਚਲਾਉਣ ਦੇ ਆਰਡਰ ਕਰਨ ਵਾਲੇ ਅੱਜ ਵੀ ਬਾਹਰ ਨੇ ਤੁਹਾਡੀ ਸਰਕਾਰ ਨੂੰ ਮੁੱਕਣ ਨੂੰ ਸਿਰਫ 2 ਸਾਲ ਰਹਿ ਗਏ ਨੇ ਜਿਹੜੇ ਵਾਅਦੇ ਕਰਕੇ ਜਿਹੜੀਆਂ ਜ਼ਿੰਮੇਵਾਰੀਆਂ ਤੁਸੀਂ ਮੋਢਿਆਂ 'ਤੇ ਚੱਕ ਕੇ ਸਰਕਾਰਾਂ ਨੇ ਤੁਹਾਨੂੰ ਏਡੀ ਵੱਡੀ ਪੱਧਰ 'ਤੇ ਵੋਟਾਂ ਪਾਈਆਂ ਸੀ ਕਿਉਂ ਉਸ ਕਾਂਗਰਸ ਨੂੰ ਜਿਹਨੂੰ ਬਾਦਲ ਨੇ ਸਾਰੀ ਉਮਰ ਇੱਕ ਦੁਸ਼ਮਣ ਜਮਾਤ ਬਣਾ ਕੇ ਰੱਖਤਾ ਸੀ ਉਸ ਦੁਸ਼ਮਣ ਜਮਾਤ ਦੇ ਪਿਛੋਕੜ ਨੂੰ ਭੁੱਲਦਿਆਂ ਇੱਕ ਵਾਰੀ ਦੁਬਾਰਾ ਫਿਰ ਕਿਉਂ ਮੌਕਾ ਦਿੱਤਾ ਸੀ ਤੁਸੀਂ ਕਿਹਾ ਸੀ ਨਾ ਅਜੋਕੇ ਨਰੈਣੂ ਮਹੰਤ ਉਹਨਾਂ ਤੋਂ ਉਹਨਾਂ ਨੇ ਜਿਹੜੇ ਧੱਕੇ ਕੀਤੇ ਉਹਨਾਂ ਨੇ ਜਿਹੜੀ ਗੁਰੂ ਦੀ ਬੇਦਬੀ ਕੀਤੀ ਉਹਦਾ ਇਨਸਾਫ ਕਰਨਗੇ ਅੱਜ ਤੁਹਾਡਾ ਹੀ ਰਾਜਾ ਤੁਹਾਡੀ ਸਰਕਾਰ ਦਾ ਮੁਖੀ ਅਜੋਕੇ ਨਰੈਣੇ ਮਹੰਤਾਂ ਨਾਲ ਅਜੋਕੇ ਬਾਬਰਾਂ ਦੇ ਨਾਲ ਹੱਥ ਮਿਲਾ ਕੇ ਬੈਠਾ ਹੋਇਆ ਤੁਹਾਡੀ ਸਰਕਾਰ ਦਾ ਅੱਧੀ ਤੋਂ ਜ਼ਿਆਦਾ ਵੇਲਾ ਗੁਜ਼ਰ ਚੁੱਕਾ ਹੈ ਪਰ ਹਲੇ ਤੱਕ ਵੀ ਜਿਹੜਾ ਬਾਕੀ ਸਮਾਂ ਰਹਿੰਦਾ ਉਹ ਸ਼ਾਇਦ ਕੋਰਟ ਕਚਹਿਰੀਆਂ ਦੇ ਸੰਗਤਾਂ ਦੇ ਉਮੀਦਾਂ ਦੇ ਵਿੱਚ ਉੱਥੇ ਹੀ ਖਤਮ ਹੋ ਜਾਣਾ ਸਰਕਾਰ ਦੇ ਹੱਥ ਉਵੇਂ ਖੜੇ ਨੇ ਜਿਵੇਂ ਬਾਦਲਾਂ ਨੇ ਖੜੇ ਕੀਤੇ ਸੀ ਉਹ ਤਾਂ ਖੁਦ ਦੋਸ਼ੀ ਹੋ ਨਿਬੜੇ ਤੁਸੀਂ ਬਰਗਾੜੀ ਮੋਰਚੇ ਦੀ ਸਮਾਪਤੀ 'ਤੇ ਗੱਲ ਕਹੀ ਸੀ ਕਿ ਜੇ ਅਸੀਂ ਇਹਨਾਂ ਨੂੰ ਇਨਸਾਫ ਨਾ ਦੇ ਸਕੇ ਤਾਂ ਸਾਡਾ ਹਸ਼ਰ ਇਹਨਾਂ ਤੋਂ ਵੀ ਮਾੜਾ ਹੋ ਅਸੀਂ ਅੱਜ ਜਾਣਨ ਆਏ ਹਾਂ ਕਿ ਇੰਨਾ ਸਮਾਂ ਗੁਜ਼ਰਨ ਤੋਂ ਬਾਅਦ ਕੀ ਤੁਸੀਂ ਅੱਜ ਵੀ ਆਪਣੇ ਸਟੈਂਡ 'ਤੇ ਕਾਇਮ ਹੋ 16 ਮਹੀਨੇ ਬੀਤ ਗਏ ਤੁਸੀਂ ਵਿਸ਼ੇਸ਼ ਸੈਸ਼ਨ ਦੇ ਵਿੱਚ ਕਿਹਾ ਸੀ ਕਿ ਬਰਗਾੜੀ ਦੀ ਜਾਂਚ CBI ਤੋਂ ਵਾਪਸ ਲਵਾਂਗੇ ਅੱਜ 16 ਮਹੀਨੇ ਬੀਤ ਗਏ 16 ਮਹੀਨਿਆਂ ਦੇ ਵਿੱਚ ਕੋਈ ਇੱਕ ਵੀ ਕਦਮ ਤੁਹਾਡੀ ਸਰਕਾਰ ਨੇ CBI ਤੋਂ ਕੇਸ ਵਾਪਸ ਲੈਣ ਲਈ ਪੱਟਿਆ ਤੇ ਦੱਸ ਕਿ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿ ਪਿਛਲੀ ਸਰਕਾਰ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਕਲੰਕ CBI ਮੁੜ ਦੁਬਾਰਾ ਜਾਂਚ ਸ਼ੁਰੂ ਕਰਕੇ ਫਿਰ ਸਿੱਖਾਂ ਦੇ ਸਿਰ ਤੇ ਮੜ ਸਕਦੀ ਹੈ ਕਿ ਇਹ ਕਲੰਕ ਆਉਂਦੀਆਂ ਸਦੀਆਂ ਦੇ ਵਿੱਚ ਵੀ ਸਿੱਖ ਧੋ ਪਾਉਣਗੇ ਕਿ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰ ਦਿੱਤੀ ਕਿਵੇਂ ਜਵਾਬ ਦੇ ਹੋਵਾਂਗੇ ਤੁਹਾਡੇ ਤੋਂ ਪਹਿਲੇ ਵਾਲੇ ਤਾਂ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਸਿੱਖਾਂ ਸਿਰ ਬੇਦਬੀ ਮੜਨ ਲੱਗਿਆ ਤੁਸੀਂ ਆ ਕੇ ਅਸਲ ਦੋਸ਼ੀ ਤਾਂ ਫੜ ਲਏ ਪਰ ਬੇਦਬੀ ਕਰਾਉਣ ਵਾਲੇ ਕਿੱਥੇ ਨੇ ਉਹਨਾਂ ਨੂੰ ਸ਼ਹਿ ਦੇਣ ਵਾਲੇ ਕਿੱਥੇ ਨੇ ਜਿਹਨਾਂ ਦੇ ਰਾਜ 'ਚ ਹੋਇਆ ਜਿਹਨਾਂ ਨੇ ਉਹਨਾਂ ਨੂੰ ਬਚਾਇਆ ਉਹ ਕਿੱਥੇ ਨੇ ਤੁਸੀਂ ਸਪੈਸ਼ਲ ਸੈਸ਼ਨ ਦੇ ਵਿੱਚ 2007 ਵਾਲੇ ਕੇਸ ਦਾ ਜ਼ਿਕਰ ਕੀਤਾ ਸੀ ਕਿਵੇਂ ਸੁਖਬੀਰ ਬਾਦਲ ਨੇ ਇਲੈਕਸ਼ਨ ਤੋਂ 5 ਦਿਨ ਪਹਿਲਾਂ 7 ਸਾਲ ਚਲਾਨ ਨਹੀਂ ਪੇਸ਼ ਹੋਣ ਦਿੱਤਾ ਤੇ ਕੈਂਸਲੇਸ਼ਨ ਰਿਪੋਰਟ ਦਾਖਲ ਕਰ ਦਿੱਤੀ ਉਦੋਂ ਜਦੋਂ ਕੰਪਲੇਂਟ ਜਿਹੜਾ ਕੰਪਲੇਂਟ ਸੀ ਕੁਝ ਦਿਨ ਬਾਅਦ ਖੜਾ ਹੋ ਕੇ ਕਹਿੰਦਾ ਕਿ ਮੈਂ ਕੋਈ ਐਫੀਡੈਵਿਟ ਨਹੀਂ ਦਿੱਤਾ ਤੁਸੀਂ ਖੁਦ ਉਸ FIR ਨੰਬਰ ਤੋਂ ਲੈ ਕੇ ਸਾਰੀ ਕਹਾਣੀ ਦਾ ਜ਼ਿਕਰ ਕੀਤਾ ਪਰ ਪਿਛਲੇ 3 ਸਾਲਾਂ 'ਚ ਜਿੱਥੋਂ ਰਾਮ ਰਹੀਮ ਦੇ ਨਾਲ ਸਿੱਖਾਂ ਦੀ ਤਣਾਅ ਸਿੱਖਾਂ ਦਾ ਕਲੇਸ਼ ਸ਼ੁਰੂ ਹੋਇਆ ਉਸ ਕੇਸ ਨੂੰ ਰੀਓਪਨ ਕਰਨ ਵੱਲ ਕੋਈ ਇੱਕ ਵੀ ਕਦਮ ਪੁੱਟਿਆ ਤੇ ਦੱਸਦੇ ਕੋਈ ਇੱਕ ਵੀ ਕਦਮ
ਅੱਜ ਵੀ ਨਮਾਣੇ ਸਿੱਖ ਜਿਹਨਾਂ ਦੀ ਕੋਈ ਸੁਣਦਾ ਨੀ ਹਾਈ ਕੋਰਟ ਚ ਧੱਕੇ ਖਾ ਰਹੇ ਨੇ ਕਿ ਉਹ ਕੇਸ ਦੁਬਾਰਾ ਖੁੱਲ ਜਾਵੇ। ਤੁਹਾਡੀ ਸਰਕਾਰ ਨੇ ਕੋਈ ਕਦਮ ਪੁੱਟਿਆ ਤੇ ਦੱਸ ਦਿਓ। 7 ਸਾਲ ਉਹਨੇ ਚਲਾਣੀ ਪੇਸ਼ ਹੋ ਦਿੱਤਾ। ਪਹਿਲਾਂ 2007 ਵਿੱਚ ਬਲਾਤਕਾਰੀ ਸਾਧ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਦਾ, 7 ਸਾਲ ਉਹਨੂੰ ਸਰਕਾਰ ਬਚਾਉਂਦੀ ਹੈ, 3 ਇਲੈਕਸ਼ਨਾਂ ਚ ਫਾਇਦਾ ਲੈਂਦੀ ਹੈ, ਤਾਂ ਉਹਦੀ ਹਿੰਮਤ ਪੈਂਦੀ ਹੈ 2015 ਚ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਨ ਦੀ। ਤੁਹਾਨੂੰ ਨੀ ਲੱਗਦਾ ਕਿ 2015 ਦੀ ਬੇਦਬੀ ਹੋਣੀ ਨਹੀਂ ਸੀ ਜੇ 2007 ਵਾਲੇ ਕੇਸ ਨੂੰ ਸਜ਼ਾ ਹੋਈ ਹੁੰਦੀ, ਜੇ ਉਹਦੇ ਗੱਲ ਚ ਇੱਕ ਰਸਤਾ ਪਾਇਆ ਹੁੰਦਾ? ਕਿਵੇਂ ਹਿੰਮਤ ਪੈਂਦੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਦੇਖਣ ਦੀ? ਇਹ ਬੇਫਿਕਰੀ ਕਿੱਥੋਂ ਆਈ, ਇੰਨੀ ਦਲੇਰੀ ਕਿੱਥੋਂ ਆਈ ਕਿ ਏਡਾ ਵੱਡਾ ਗੁਨਾਹ ਕਰ ਲਵਾਂ? ਜਦੋਂ ਸਰਕਾਰਾਂ ਥਾਪੜ ਰਹੀਆਂ ਸੀ, ਸਰਕਾਰਾਂ ਨਾਲ ਸੀ, ਅਖਬਾਰਾਂ ਦੇ ਵਿੱਚ ਕਾਲਮ ਆਉਂਦਾ ਹੁੰਦਾ ਸੀ, ਛੋਟੇ ਹੁੰਦੇ ਪੜ੍ਹਦੇ ਸੀ ਕਿ 2 ਕਾਟਲਾਂ ਦੀਆਂ ਫੋਟੋਆਂ ਲਾ ਕੇ ਪੁੱਛਦੇ ਸੀ ਇਹਦੇ ਚ 6 ਅੰਤਰ ਲੱਭੋ। ਅੱਜ ਤੁਹਾਡੀ ਸਰਕਾਰ ਤੇ ਬਾਦਲ ਦੀ ਸਰਕਾਰ ਦਾ ਇਹਨਾਂ ਕੇਸਾਂ ਦੇ ਉੱਤੇ 6 ਅੰਤਰ ਵੀ ਲੱਭੜੇ ਹੋਣ ਰੋਜ਼ ਤੇ, ਉਹ 6 ਅੰਤਰ ਵੀ ਨਹੀਂ ਲੱਭੇ। ਨਾ ਬਰਗਾੜੀ ਮੋਰਚਾ ਲੱਗਦਾ, ਨਾ ਹੀ ਜਿਹੜੇ 5-7 ਦੋਸ਼ੀ ਫੜੇ ਵੀ ਨਹੀਂ ਸੀ ਫੜ ਹੋਏ। ਉਸੇ CBI ਜਿਹਨਾਂ ਅੱਗੇ ਤੁਸੀਂ ਗੋਡੇ ਟੇਕੇ ਸੀ, ਉਹਨਾਂ ਨੇ ਫਿਰ ਦੁਬਾਰਾ ਇੱਕ ਕਲੰਕ ਸਿੱਖਾਂ ਸਿਰ ਮਾਰ ਦਿੱਤਾ ਸੀ। ਅਸੀਂ ਸਿਰਫ ਇੱਕ ਮੰਤਰੀ ਹੋਣ ਦੇ ਨਾਤੇ ਤੁਹਾਡੇ ਕੋਲ ਸਵਾਲ ਪੁੱਛਣ ਨਹੀਂ ਆਏ। ਇਹ ਸ਼ਬਦ ਤੁਹਾਨੂੰ ਸਹੀ ਤਾਂ ਹੀ ਸੰਬੋਧਿਤ ਕੀਤੇ ਨੇ, ਕਿਤੇ ਕੋਈ ਮਾੜੀ ਮੋਟੀ ਵੀ ਚਿਰਕ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਤੁਹਾਡੇ ਅੰਦਰ ਹੈ। ਜੇ ਕੋਈ ਬੇਵਸੀ ਹੈ ਤੇ ਇਹੋ ਜਿਹੀ ਸਰਕਾਰ ਤੋਂ ਹੀ ਬਾਹਰ ਆ ਜਾਓ। ਜੇ ਨਹੀਂ, ਜੇ ਕੋਈ ਜਾਣ ਬੁੱਝ ਕੇ ਇੰਟੈਂਸ਼ਨਲੀ ਕੋਈ ਕੰਮ ਨਹੀਂ ਕੀਤਾ ਜਾ ਰਿਹਾ, ਤੇ ਫਿਰ ਰਾਜੇ ਦੇ ਗਲ ਚ ਵੀ ਸਾਫਾ ਪਾਉ ਜਾ। ਜਿਹੜੀ ਸੰਗਤ ਰਾਜ ਤੇ ਬਿਠਾਉਣਾ ਜਾਣਦੀ ਹੈ, ਉਹ ਰਾਣਾ ਵੀ ਜਾਣਦੀ ਹੈ। ਤੁਹਾਡਾ ਸਟੈਂਡ ਬਰਗਾੜੀ ਬਹਿਬਲ ਕਲਾਂ 2007 ਵਾਲਾ ਕੇਸ, ਕੋਟਕਪੁਰਾ ਕੇਸ, ਕੋਟਕਪੁਰਾ ਜਿਹੜੀ ਘਟਨਾ ਲਾਠੀਚਾਰਜ ਦੀ, ਉਸ ਤੋਂ ਬਾਅਦ ਮੌੜ ਵੱਲ ਧਮਾਕਾ, ਜਦੋਂ ਦੋਸ਼ੀਆਂ ਦੀ ਬਰੂਹਾਂ ਤੇ ਜਾ ਕੇ ਤੁਹਾਡੀ ਸਿੱਖ ਵਾਪਸ ਮੁੜਿਆ, ਕੀ ਕਾਰਨ ਸੀ? ਸਿੱਧੇ ਤੌਰ ਤੇ ਡੇਰਾ ਪ੍ਰੇਮੀਆਂ ਨੂੰ, ਡੇਰਾ ਮੁਖੀ ਨੂੰ ਉਸ ਕੇਸ ਚ ਸੇਕਾ ਨਾ ਲੱਗਣ ਦੇ। ਪੰਜਾਬ ਪੁਲਿਸ ਹੋਈਆਂ ਜਦੋਂ ਗੱਡੀ ਤੱਕ ਪਤਾ ਲੱਗੀ ਕਿ ਉਹ ਕਿਹੜੇ ਡੇਰੇ ਚ ਤਿਆਰ ਹੋਈ ਹੈ, ਫਿਰ ਉਸ ਮੌੜ ਬੰਬ ਧਮਾਕੇ ਦੀ ਜਾਂਚ ਰੁਕੀ ਕਿਉਂ ਹੋਈ? ਕਿ ਉਹ ਬੱਚੇ ਲਵਾਰਸ ਸੀ, ਕਿ ਉਹਨਾਂ ਦਾ ਕੋਈ ਵਾਲੀ ਵਾਸ ਨਹੀਂ ਸੀ ਜਿਹੜੇ ਉਸ ਧਮਾਕੇ ਚ ਮਾਰੇ ਗਏ? ਹਰ ਪੱਖ ਤੋਂ ਰਾਮ ਰਹੀਮ ਨੂੰ, ਨਾ ਬਰਗਾੜੀ ਕੇਸ ਦੇ ਵਿੱਚ ਰਾਮ ਰਹੀਮ ਨੂੰ ਹਜੇ ਤੱਕ ਨੋਮੀਨੇਟ ਕੀਤਾ ਗਿਆ, ਨਾ ਮੌੜ ਬੰਬ ਧਮਾਕੇ ਦੇ ਵਿੱਚ। ਬਹਿਬਲ ਕਲਾਂ ਨੂੰ ਜਿਹੜਾ ਕਾਂਡ ਹੈ ਤੇ ਕੋਟਕਪੁਰੇ ਦੇ ਆਰਡਰ ਕਰਨ ਵਾਲੇ, ਤੁਸੀਂ ਆਖਿਆ ਸੀ ਕਿ ਬਾਦਲ ਨੇ ਚਲਵਾਈ ਗੋਲੀ। ਸੁਮੇਧ ਸੈਣੀ, ਅੱਜ ਪਰਮਰਾਜ ਉਮਰਾ ਨੰਗਲ, ਕਿੱਥੇ ਨੇ ਦੋਸ਼ੀ? ਤੁਹਾਡੇ ਰਾਜ ਚ ਸੁੱਖ ਮਾਰ ਰਹੇ ਨੇ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਬੇਦਬੀ ਕਰਨ ਵਾਲੇ ਸੁਖਬੀਰ ਦੇ ਰਾਜ ਚ ਖੁਸ਼ੀਆਂ ਮਾਰ ਰਹੇ ਸੀ, ਆਨੰਦ ਮਾਣ ਰਹੇ ਸੀ। ਜੇ ਅਸੀਂ ਸੁਖਬੀਰ ਦੀ ਜ਼ਮੀਰ ਨੂੰ ਸੱਚੀ ਮੁੱਚੀ ਝੰਡੋੜਨਾ ਚਾਹੁੰਦੇ ਹਾਂ, ਅੱਜ ਸਾਡੀ ਜ਼ਮੀਰ ਕਿੱਥੇ ਖੜੀ ਹੈ? ਇਹਨਾਂ ਕੇਸਾਂ ਚੋਂ ਕਿਸੇ ਇੱਕ ਤੇ ਤੁਹਾਡੀ ਸਰਕਾਰ ਨੇ ਕੋਈ ਬਹੁਤ ਵਧੀਆ ਕੰਮ ਕੀਤਾ, ਕਿਸੇ ਇੱਕ ਕੇਸ ਤੇ ਦੱਸ ਦਿਓ। ਉਹ ਵੀ ਇਸ ਹਾਲਾਤ ਚ ਜੇ ਬਰਗਾੜੀ ਮੋਰਚਾ ਨਾ ਲੱਗਦਾ ਤਾਂ ਉਹ ਵੀ ਨਹੀਂ ਸੀ ਹੋਣਾ। ਹੁਣ CBI, ਤੁਸੀਂ ਆਖਿਆ ਸੀ ਕਿ ਪ੍ਰਬੋਧ ਕੁਮਾਰ ਦੀ ਸਿੱਟ ਬਣਾ ਦਿੱਤੀ ਗਈ ਹੈ, ਤੁਸੀਂ ਬਰਗਾੜੀ ਮੋਰਚੇ ਦੇ ਵਿੱਚ ਆਖਿਆ ਕਿ ਚਾਹੇ ਕੋਈ ਮੁੱਖ ਮੰਤਰੀ ਹੋਵੇ, ਚਾਹੇ ਉਹਦੇ ਪਰਿਵਾਰ ਚੋਂ ਕੋਈ ਹੋਵੇ, ਕੋਈ ਬਖਸ਼ਿਆ ਨਹੀਂ ਜਾਏਗਾ। ਉਹਦੇ ਅੱਗੇ ਸਾਰੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਪੇਸ਼ ਹੋ ਰਹੇ ਨੇ। ਤੁਹਾਡਾ ਉਸੇ ਸਿੱਟ ਦਾ ਮੁਖੀ ਪ੍ਰਬੋਧ ਕੁਮਾਰ CBI ਨੂੰ ਚਿੱਠੀਆਂ ਲਿਖ ਰਿਹਾ ਕਿ ਬਰਗਾੜੀ ਮਾਮਲਿਆਂ ਦੇ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੋ ਸਕਦਾ, ਜਦੋਂ ਤੁਹਾਡੀ ਪੁਲਿਸ ਦੋਸ਼ੀਆਂ ਨੂੰ ਫੜ ਚੁੱਕੀ ਹੈ। ਕੀ ਮਤਲਬ ਹੈ ਇਸ ਗੱਲ ਦਾ ਕਿ ਪ੍ਰਬੋਧ ਕੁਮਾਰ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਤੋਂ ਉੱਪਰ ਹੈ? ਤੁਸੀਂ ਕਹਿ ਰਹੇ ਹੋ ਕਿ ਬੇਦਬੀ ਡੇਰਾ ਪ੍ਰੇਮੀਆਂ ਦੇ ਸੁਖਬੀਰ ਬਾਦਲ ਨੇ ਰਾਂਟੇ ਕਰਵਾਈ ਹੈ, ਤੁਹਾਡੀ ਸਿੱਟ ਦਾ ਮੁਖੀ ਕਹਿ ਰਿਹਾ ਵਿਦੇਸ਼ੀ ਤਾਕਤਾਂ ਦਾ ਹੱਥ। ਕੋਈ ਇੱਕ ਸਟੈਂਡ ਤੇ ਕਲੀਅਰ ਕਰੋ। ਅਸੀਂ ਤੁਹਾਡੇ ਕੋਲ ਇਹ ਸ਼ਬਦ ਕੁੱਤਾ ਰਾਜ ਬਹਾਲੀ ਹੈ, ਇਹ ਇਤਿਹਾਸ ਲਿਖੇ ਜਾਣੇ ਕਿ ਤੁਹਾਡੇ ਲਈ ਗਾਏ ਗਏ, ਜਿਵੇਂ ਕਿਸੇ ਵੇਲੇ ਅਬਦਾਲੀ ਲਈ ਗਾਏ ਗਏ ਸੀ, ਬਾਦਲ ਲਈ ਗਾਏ ਗਏ ਸੀ। ਅਗਰ ਕੋਈ ਬਾਦਲਾਂ ਤੋਂ ਆਸ ਹੁੰਦੀ, ਉਹ ਤੇ ਖੁਦ ਦੋਸ਼ੀ ਨੇ, ਉਹਨਾਂ ਤੋਂ ਕਿਹੜੇ ਇਨਸਾਫ ਦੀ ਉਮੀਦ ਕਰਨੀ ਹੈ? ਉਹਨਾਂ ਦਾ ਤੋੜ ਵੜ ਕੇ ਤੁਸੀਂ ਆਏ ਸੀ ਕਿ ਅਸੀਂ ਉਹਨਾਂ ਨੂੰ ਅੰਦਰ ਟੱਕਾਂਗੇ। ਕੀ ਤੁਹਾਡੇ ਲਈ ਬਰਗਾੜੀ ਬਹਿਬਲ ਕਲਾਂ ਉਵੇਂ ਦਾ ਹੀ ਮੁੱਦਾ ਹੈ, ਸਿਰਫ ਸਿਆਸੀ ਫਾਇਦਾ ਲੈਣ ਵਾਲਾ, ਜਿਵੇਂ 84 ਦਾ ਮੁੱਦਾ ਅਕਾਲੀਆਂ ਲਈ ਹੈ? ਜਦੋਂ ਹਾਰਨ ਲੱਗਦੇ ਨੇ, 84 ਦਾ ਜੇਲ੍ਹ ਬਾਹਰ ਕੱਢ ਲੈਂਦੇ ਨੇ, ਤੁਸੀਂ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਬਰਗਾੜੀ ਬਾਹਰ ਕੱਢ ਲੈਂਦੇ ਹੋ, ਵਿਧਾਨ ਸਭਾ ਤੋਂ ਪਹਿਲਾਂ ਬਾਹਰ ਕੱਢ ਲਿਆ ਸੀ, ਅਗਲੀ ਵਿਧਾਨ ਸਭਾ ਤੇ ਤੁਸੀਂ ਫਿਰ ਇਸੇ ਬਰਗਾੜੀ ਦੇ ਵੋਟਾਂ ਲੈ ਲਈਆਂ। ਇਹਨਾਂ 5 ਸਾਲਾਂ ਚ ਕੀਤਾ ਕੀ? 26 ਦੇ ਵਿੱਚੋਂ ਤੁਹਾਡੇ 99% ਦੋਸ਼ੀ ਜਮਾਨਤਾਂ ਤੇ ਬਾਹਰ ਵੀ ਆ ਚੁੱਕੇ। ਤੁਸੀਂ ਆਖਿਆ ਸੀ ਜੇ ਸਾਡੇ ਕੈਪਟਨ ਅਮਰਿੰਦਰ ਸਿੰਘ ਤੇ ਸਾਡੇ ਤੇ ਮੇਹਰ ਰਹੀ, ਇਹ ਦੋਸ਼ੀ ਜੇਲ੍ਹਾਂ ਚ ਸੜਨਗੇ, ਅਗਲੇ ਹਨੀਮੂਨ ਮਨਾ ਕੇ ਬਾਹਰ ਵੀ ਆ ਗਏ। ਇਸ ਮੂੰਹ ਨਾਲ ਸੰਗਤ ਨੂੰ, ਸੰਗਤ ਦੇ ਅੱਗੇ ਖੜੇ ਹੋਵਾਂਗੇ ਜਿੱਦਣ ਰਾਮ ਰਹੀਮ ਵੀ ਬਾਹਰ ਆ ਕੇ ਖੜਾ ਹੋ ਜਾਏਗਾ, ਕਿ ਅਸੀਂ ਇਹ ਏਡਾ ਭਾਰ ਲੈ ਕੇ ਇਸ ਦੁਨੀਆਂ ਤੋਂ ਜਾ ਸਕਾਂਗੇ
कि असी वो पंजाब जिहड़ा गुरां दे नां ते वसदा है गुरां दी बेदबी दा इंसाफ नहीं रह सके और बेदबी करन वाले खुले अंक हो रहे ने। इस तो वड्डी कोई निरकार साडी जमीन उत्ते जोड़न वाली कोई गल हो सकती है? जे इस ते कुछ नहीं कर सकते तां साडी तुहाडे चरणां ते बेनती है कृपा करके जां तां पिंड बदलो और दोबारा कभी किसी स्टेज ते अपने आप नूं भाई लक्ष्मण सिंह धारोवाली दे वारस ना कहना। इहदे नाल उहनां दा नाम भी जिहड़ा इतिहास लिखा जाएगा। अज बड़ा वड्डा शाना मत्ता इतिहास है कि लिखा गया कि 100 साल बाद उहनां दे वारसां दा रोल की सी। तुसीं देखो तुहानूं सरकारां कुर्सियां प्यारियां ने कि गुरु प्यारा ते उहदा आदर प्यारा इन्ना के जवाब लैण आए हैं। जाण लग्गिया जवाब जरूर दे के जाओ CBI तों जांच वापस कदों आ रही है। बैबल कला के असल दोषी सुरेश सैनी उमरा नंगल सुखबीर बादल मलतार बराड़े जेल च कदों होणगे? बरगाड़ी के असल दोषी राम रहीम सुखबीर बादल जेल च इस केस अंदर कदों होणगे? मोड़ बंद धमाके के लोगों को इंसाफ कदों मिलेगा? जिन्हें लाठियां खादिया कोट कपड़े च सतनाम वाहगुरु का जाप कर दिया ने उन्होंने इंसाफ कदों मिलेगा? ये जवाब थोड़े को लैन आया कृपा करके दे के जाओ। असं चाहते थी हर जथेबंदी तो एक या दो नुमाइंदे जो मुखी है सर वो शामिल हो और ये अगले ऐतवार बाजवा साहब के घर उस तो बाद चरणजीत सिंह चन्नी उस बाद मनप्रीत बादल ये हर ऐतवार का जिहड़ा ये प्रोग्राम है। जिन्ना चक्कर जवाब नहीं मिलता अखीर थोड़े सरकार के मुखी कैप्टन अमरिंदर सिंह के कोल भी असं सीधे भी कराने इस करके असं अच्छ सिर्फ 51 मैंबरी जथे के रूप में हर ऐतवार जाना। और दूजी गल जी असी थोड़े कोई डिमांड करनी सी आए कोई मंग पत्र लैके नहीं सी आए जो तुम किया असी सिर्फ वह जवाब लिया थोड़िया कही हुई गल् असी सिख ना तो घसियारे हैं जिन्हें ठूठे पड़ के हर किसी अगे इंसाफ लैन तुरे रहिए असी इंसाफ देने वाले लोग अज साड़ी हालत यह बन गई है कि सानू दर दर इंसाफ नहीं भटकना पै रहा वो लोग दोषी ने जिन्हें ने सानू इस इंसाफ देने दे प्रोसैस भागीदार बना तुम बैठे हो परमात्मा ने थोड़े से बख्शिश की है थोड़ा समर्था दी है कि तुम इंसाफ दे सकते हो और थोड़े अगे थोड़े ही घर के थोड़े कौम के जेडे आप बच्चे नौजवान ने कोई 18 साल का कोई 22 का कोई 28 का घर इंसाफ लेना है। असी सिर्फ थानू ताकि कई हुई गल याद करा के इतों चल रहे होना और थोड़ी जोड़ा जवाब है वो हूँ थोड़ी गल तो नहीं थोड़े एक्शन तो नजर आ। अगले ऐतवार असी बाजवा साहब के घर के बाहर जाना है अगले ऐतवार तक थोड़े किए हुए एक्शन सू अखबारों का ही पता लग ये सिर्फ थोड़ी कही हुई गल अभी थोड़ा याद करा के ਗੁਰੂ ਮਹਾਰਾਜ ਜੀ ਦੀ ਇਹ ਅਰਦਾਸ ਕਰਦੇ ਹਾਂ ਕਿ ਕਾਫਲਾ ਤੋਂ ਪਹਿਲਾਂ ਜਿਹੜੀ ਲੈ ਉਹ ਕਾਫਲਾ ਜੀ ਬੜੀ ਕੀ ਸੰਦਾ ਦਿੱਤੀ ਜੀ ਤੇ ਜਿਹੜੀ ਸਾਡੀ ਵੈਪਾਰੀ ਕੀ ਨਵੀਂ ਬਣਾਈ ਸੀ ਉਹਦੇ ਵਿੱਚ ਪ੍ਰਮੋਦ ਕੁਮਾਰ ਜੀ ਦੀ ਵੀ ਦੇ ਵਿੱਚ ਉਹਦੇ ਪ੍ਰਕਾਸ਼ ਦੀ ਬਾਤ ਹੋਈ ਹੋਰ ਹੁੰਦਾ ਹੈ ਕਿ ਇਸ ਵੇਲੇ ਉਹਦੇ ਸਾਈ ਵੀ ਪੇਸ਼ ਹੋਏ ਨੇ ਉਹਦੇ ਜਿਹੜੇ ਮਰਜ਼ੀ ਨੇ ਉਹਦੇ ਤੁਹਾਡੇ ਵੀ ਜਿਹੜੇ ਸਟੇਟਮੈਂਟ ਉਹ ਪੇਸ਼ ਹੋਏ ਨੇ ਤੇ ਮੈਂ ਤੁਹਾਨੂੰ ਜੀ ਦੀ ਬਾਤ ਦੇ ਰਿਹਾ ਹਾਂ ਜੀ ਸਰ ਕੋਈ ਕਰਕੇ ਤੇ ਵਾਰਾ ਕਰਕੇ ਹੋ ਗਿਆ ਹੈ ਤੁਹਾਡੀ ਗਈ ਅਰਦਾਸ ਅਸੀਂ ਚਾਹੁੰਦੇ ਹਾਂ ਤੇ ਪੂਰੀ ਹੋਵੇ ਤੇ ਤੁਸੀਂ ਨਹੀਂ ਇਨਸਾਫ਼ ਦੇ ਸਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਿਹਾ ਸੀ ਜੇ ਅਸੀਂ ਇਨਸਾਫ਼ ਨਹੀਂ ਦੇ ਸਕੇ ਤਾਂ ਸਾਡਾ ਹਸ਼ਰ ਇਹਨਾਂ ਤੋਂ ਵੀ ਮਾੜਾ ਹੋਵੇ ਮਾਰ ਤੁਹਾਡੀ ਅਰਦਾਸ ਹੀ ਸੁਣੇ ਵਾਹਿਗੁਰੂ ਜੀ ਕਾ ਖਾਲਸਾ ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ।